ਬਿਕਰਮਜੀਤ ਸਿੰਘ ਬਜੀਠੀਆ ਜਿਸ ਨੇ ਕੱਲ ਟੈਲੀਬਰੇਟਲੀ ਮੇਰੇ ਹਲਕੇ ਦੇ ਅੰਦਰ ਵਰਕਰਾਂ ਨੂੰ 扑ਖਾਇਆ ਔਰ ਮੇਰੀ ਸ਼ਾਨ ਦੇ ਖਿਲਾਫ ਇਹਨੇ ਲਫਜ਼ ਕਹੇ ਜੋ ਕਿ ਮੇਰੀਆਂ ਭਾਵਨਾਵਾਂ ਹੱਟ ਹੋਈਆਂ ਬੇਇੰਗਦਲਤ ਡਾਕਟਰ ਬਾਬਾ ਸਾਹਿਬ ਮੇਦਕਾਰ ਜੀ ਦੇ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਹਰਕਾਰ ਦਿੱਤਾ ਰਾਈਟ ਟੂ ਵੋਟ ਰਾਈਟ ਟੂ ਸਪੀਚ ਤੋ ਉਹਨਾਂ ਦੀ ਬਦੌਲਤ ਅਸੀਂ ਅੱਜ ਇੱਥੇ ਖੜੇ ਹੋਏ ਪਰ ਇਹ ਲੋਕ ਜਿਨ੍ਹਾਂ ਦੇ ਅਕਾਲੀ ਦਲ ਦੇ ਮੋਰੀ ਸੀਗੇ ਇਹਨਾਂ ਦੇ ਖਿਲਾਫ ਮੁਕਾਦਮੇ ਦਰਜ ਹੋਏ ਡਰੱਗਸ ਤੇ ਔਰ ਬੜੇ ਮਾਰਨਾ ਉਹ ਲੋਕਾਂ ਦੇ ਵਿੱਚ ਕਹਿ ਰਹੇ ਆ ਕੇਵਲ ਕਾਰ ਸਿੰਘ ਪਰਚੇ ਦਰਜ ਕਰਾ ਲਿਆ ਤੇ ਮੇਰੇ ਤੇ ਪਰਚਾ ਦਰਜ ਹੋਵੇ ਜਦੋਂ ਕਿ ਮੈਂ ਪਹਿਲਾਂ ਹੀ ਜੇਲ੍ਹ ਚੋਂ ਪਰਚੇ ਦੇ ਦਰਜ ਆ ਜਦੋਂ ਕਿ ਬਹੁਤ ਹੀ ਅੱਛੇ ਕੰਮ ਦਾ ਕੋ ਪਰਚਾ ਹੁੰਦਾ ਜਦੋਂ ਕੋ ਡਰੱਗਸ ਦਾ ਪਰਚਾ ਸੀ ਤੋ ਲੋਕਾਂ ਨੂੰ ਕੈਸਾ ਸੰਦੇਸ਼ ਇਹ ਦੇਣਾ ਚਾਹੁੰਦੇ ਆ ਸੋ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝਣ ਦੀ ਜਨਤਾ ਨੂੰ ਆਪੀਰ ਕਰਦਾ ਕਿ ਇਹਨਾਂ ਦੀਆਂ ਭਾਵਨਾਵਾਂ ਸਮਝੋ ਅਸੀਂ ਉਹ ਪਰਿਵਾਰ ਨਹੀਂ ਗਏ ਕਿ ਜਿਹੜੇ ਕੋਈ ਜੱਦੀ ਪੁਸਤੀ ਪਰਿਵਾਰ ਅਸੀਂ ਮਿਹਨਤ ਨਾਲ ਕਰਕੇ ਆਪਣੀ ਮਿਹਨਤ ਦਾ ਸ਼ਲੋਕ ਇੱਥੋਂ ਤੱਕ ਪਹੁੰਚੇ ਆ ਅਸੀਂ ਉਸ ਬਾਬਾ ਜੀਵਨ ਸਿੰਘ ਜੀ ਦੀ ਉਲਾਦ ਹੈ ਰੰਗਰੇਟਾ ਗੁਰੂ ਦਾ ਬੇਟਾ ਸ਼੍ਰੀ ਗੋਬਨ ਸਿੰਘ ਮਾਰ ਨੇ ਜਿਨ੍ਹਾਂ ਨੇ ਦਰਜਾ ਦਿੱਤਾ ਸੀ ਚਾਂਦਰੀ ਚੌਂਕ ਤੋਂ ਸ਼੍ਰੀ ਗੁfteਗ ਬਾਹਤਰ ਮਹਾਰਾਜ ਦਾ ਸ਼ਿਸ਼ਕ ਕੇ ਲਿਆਂਦਾ ਸੀ ਅਸੀਂ ਉਸ ਕੌਮ ਦੀ ਅਦਾਲਤ ਆ ਤੇ ਮਾਜੀਠੀਆਂ ਮੈਂ ਤੈਨੂੰ ਦੱਸਣਾ ਚਾਹਣਾ ਏ ਕਿ ਅੱਜ ਤੇਰਾ ਪੰਗਾ ਸਹੀ ਜਗ੍ਹਾ ਤੇ ਪਿਆਈ ਤੇ ਤੇਰੇ ਭੁੱਲ ਭਲੇ ਖ ਮੈਂ ਕਰ ਦੂੰਗਾ ਦੂਰ ਤੂੰ ਕਹਿੰਦਾ ਸੀ ਪਠਾਨ ਕੌਣ ਚੌਕ ਤੋਂ ਭਜਾਉਣਾ ਏ ਤੇ ਬਲਕਾਰ ਸਿੰਘ ਵੀ ਮਾਜੇ ਦਾ ਰਹਿਣ ਵਾਲਾ ਤੇ ਤੂੰ ਵੀ ਮਾਜੇ ਦਾ ਰਹਿਣ ਵਾਲਾ ਏ ਤੇ ਮਾਜੇ ਦੇ ਲੋਕ ਲਕੀਰ ਮਾਰ ਕੇ ਲੜਦੇ ਆ ਤੇ ਮਾਰ ਲਕੀਰ ਦੇ ਆਪਣੇ ਬਾਪ ਦਾ ਪੁੱਤਰ ਆ ਤੇ ਬਾਬਾ ਜੀਵਨ ਸਿੰਘ ਦੀ ਔਲਾਦ ਨਾਲ ਤੇਰਾ ਪਿਆ ਪੰਗਾ ਰੰਗਰੇਟਾ ਗੁਰੂ ਦਾ ਬੇਟਾ ਪਿੱਛੇ ਮੈਦਾਨ ਛੱਡ ਕੇ ਭੱਜਣ ਵਾਲਾ ਨਹੀਂ ਹੂੰ ਜੇ ਤੇਰੇ ਵਿੱਚ ਹਿੰਮਤ ਆ ਤੇ ਸਿਹਾ ਤੈਨੂੰ ਮੈਂ ਦੇਣ ਲਗਾ ਪ੍ਰੈਸ ਦੇ ਵੀਰਾਂ ਦੇ ਰਾਹੀ ਤੇ ਲਕੀਰ ਮਾਰ ਕੇ ਆ ਜਾ ਕਦੀ ਤੋਂ ਸਾਡੇ ਸੀਐਮ ਸਾਹਿਬ ਦੇ ਖਿਲਾਫ ਬੋਲਦਾ ਕਦੀ ਕਿਸੇ ਦੇ ਖਿਲਾਫ ਬੋਲਦਾ ਸ਼ਾਨ ਦੇ ਮੈਂ ਅੱਜ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਪਰ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਪਰ ਲੇਕਨ ਜਿੱਥੇ ਜ਼ਮੀਰ ਦੀ ਗੱਲ ਹੈ ਤੇ ਲਕੀਰ ਮਾਰ ਕੇ ਆ ਜਾ ਮਜੀਠਿਆ ਤੇਰਾ ਸਹੀ ਜਗ੍ਹਾ ਤੇ ਰਗਰੇਟਾ ਗੁਰੂ ਕੇ ਬੇਟਾ ਨਾਲ ਪੰਗਾ ਪਿਆਈ ਜੇ ਬੰਦੇ ਦਾ ਪੁੱਤ ਤੇ ਆ ਜਾ ਸਾਹਮਣੇ ਇਹ ਉਹ ਲਾਦ ਨਹੀਂ ਕੀ ਜੋ ਜਨਰਲ ਡੈਰ ਨੂੰ ਤੇਰੇ ਘਰਾਂ ਦੇ ਵਿੱਚ ਲੰਚ ਕਰਾਉਂਦੇ ਸੀ ਤੁਹ ਖਜ਼ਾਰਾਂ ਦੀ ਈਲਾਦ ਤੇ ਤੂੰ ਸਾਡੇ ਬਾਬਾ ਜੀਵਨ ਸਿੰਘ ਦੀ ਈਲਾਦ ਨਾਲ ਪੰਗੇ ਲੈਣਾ ਅੱਜ ਪੰਗਾ ਤੇਰਾ ਪਿਆ ਸਹੀ ਜਗ੍ਹਾ ਤੇ ਜੇ ਤੂੰ ਸਿਆਸ ਕਰਨੇ ਆ ਤੇ ਤੂੰ ਵੀ ਗੱਲ ਮੈਂ ਛੱਡ ਦੇ ਤੇ ਬਲਕਾਰ ਸਵੇਂ ਮਾਜੇ ਦੀ ਰਹਿਣ ਵਾਲੀ ਤਖਤੀ ਦਾ ਹੀ ਤੇ ਤੂੰ ਵੀ ਸਿਆਸ ਛੱਡ ਤੇ ਆ ਜਾ ਮੈਦਾਨ ਦੇ ਵਿੱਚ ਤੇ ਦੇਖਦੇ ਹਾਂ ਲਕੀਰ ਕਿਹੜਾ ਕ੍ਰੋਸ ਕਰਦਾ ਏ ਜੇ ਤੂੰ ਤੇਰੇ ਚ ਹਿੰਮਤ ਆ